ਭਾਰਤੀ ਜਲ ਸੈਨਾ ਵੱਲੋਂ ਬ੍ਰਹਮੋਸ ਸੁਪਰਸੋਨਿਕ ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਗਿਆ ਹੈ ਜਿਸ ਦੇ ਨਾਲ ਸਮੁੰਦਰੀ ਜਹਾਜ਼ ਤੋਂ ਮੈਦਾਨੀ ਇਲਾਕੇ ਵਿੱਚ ਵਾਰ ਕੀਤੇ ਜਾਣ ਵਾਲੀ ਮਿਜ਼ਾਈਲ ਰੱਖਣ ਵਾਲੇ ਕੁਝ ਕੋ ਮੁਲਕਾਂ ਦੀ ਸੂਚੀ ਵਿੱਚ ਭਾਰਤ ਵੀ ਹੁਣ ਸ਼ਾਮਿਲ ਹੋ ਚੁੱਕਿਆ ਹੈ ਜਲ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਬ੍ਰਹਮੋਸ ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਗਿਆ ਇਸ ਲੰਮੀ ਦੂਰੀ ਦੇ ਮਿਜ਼ਾਈਲ ਨੂੰ ਜਲ ਸੈਨਾ ਦੇ ਸਮੁੰਦਰੀ ਜਹਾਜ਼ ਤੇਗ ਤੋਂ ਦਾਗਿਆ ਗਿਆ ਸੀ ਇਸ ਸਫਲ ਪ੍ਰੀਖਣ ਦੇ ਨਾਲ ਭਾਰਤੀ ਜਲ ਸੈਨਾ ਦੀ ਤਾਕਤ ਦੇ ਵਿੱਚ ਵਾਧਾ ਹੋਇਆ ਹੈ ਜ਼ਿਕਰਯੋਗੇ ਕਿ ਬ੍ਰਹਮੋਸ ਮਿਜ਼ਾਈਲ ਰੂਸ ਅਤੇ ਭਾਰਤ ਵੱਲੋਂ ਸਾਂਝੇ ਤੌਰ ਤੇ ਵਿਕਸਿਤ ਕੀਤੀ ਗਈ ਹੈ ਜਿਸ ਦੀ ਮਾਰ ਕਰਨ ਦੀ ਦੂਰੀ ਸਮਰੱਥਾ 400 ਕਿਲੋਮੀਟਰ ਤੱਕ ਹੈ ਅਤੇ ਸਮੁੰਦਰ ਵਿੱਚ ਰਹਿ ਕੇ ਇਸ ਦੇ ਨਾਲ ਜ਼ਮੀਨ ਤੇ ਹਮਲਾ ਕੀਤਾ ਜਾ ਸਕਦਾ ਹੈ